ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਅੱਜ ਸ਼ਹਿਰ ਦੇ 25 ਵਾਰਡਾਂ ਦੇ ਮੌਜੂਦਾ ਕੌਂਸਲਰ ਅਤੇ ਆਮ ਆਦਮੀ ਪਾਰਟੀ ਵੱਲੋਂ ਵਾਰਡਾਂ ਵਿੱਚ ਲਗਾਏ ਗਏ ਇੰਚਾਰਜਾਂ ਦੀ ਇੱਕ ਮੀਟਿੰਗ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਲਈ, ਜਿੱਥੇ DSP ਫਾਜ਼ਿਲਕਾ, SHO ਸਿਟੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਾਜ਼ਿਲਕਾ ਅਤੇ ਸਮੂਹ ਸਟਾਫ ਨਗਰ ਕੌਂਸਲ ਹਾਜ਼ਰ ਰਿਹਾ। ਇਸ ਮੌਕੇ ਸਮੂਹ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਇੰਚਾਰਜਾਂ ਦੀ ਮੁਲਾਕਾਤ ਇਹਨਾਂ ਨਵੇਂ ਆਏ ਅਧਿਕਾਰੀਆਂ ਨਾਲ ਕਰਾਏਗੀ ਅਤੇ ਕਿਹਾ ਕਿ ਇਹਨਾਂ ਦੇ ਕਹਿਣ 'ਤੇ ਵਾਰਡਾਂ ਦੇ ਵਿੱਚ ਲੋਕ ਪੱਖੀ ਕੰਮ ਕੀਤੇ ਜਾਣੇ ਚਾਹੀਦੇ ਹਨ, ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 25 ਤੱਕ ਆ ਰਹੀਆਂ ਲੋਕਾਂ ਦੀਆਂ ਮੁਸ਼ਕਲਾਂ ਵਾਰਡ ਇੰਚਾਰਜਾਂ ਅਤੇ ਕੌਂਸਲਰਾਂ ਦੇ ਜ਼ੁਬਾਨੀ ਸੁਣੀਆਂ ਅਤੇ ਉਹਨਾਂ ਨੂੰ ਸੰਬੰਧਿਤ ਅਧਿਕਾਰੀ, ਜੇਕਰ ਕਿਸੇ ਨੂੰ ਥਾਣੇ ਸੰਬੰਧੀ ਕੋਈ ਮੁਸ਼ਕਲ ਸੀ, ਕਿਸੇ ਨੂੰ DSP ਦਫ਼ਤਰ ਸੰਬੰਧੀ ਕੋਈ ਮੁਸ਼ਕਲ ਸੀ, ਕਿਸੇ ਨੂੰ ਸ਼ਹਿਰ ਵਿੱਚ ਵਿਕਰੇ ਨਸ਼ੇ ਸੰਬੰਧੀ, ਦੜੇ ਸੱਟੇ ਸੰਬੰਧੀ, ਚੋਰੀਆਂ ਸੰਬੰਧੀ, ਲੜਾਈਆਂ ਸੰਬੰਧੀ ਕੋਈ ਦਿੱਕਤ ਸੀ, ਉਹ ਵਿਧਾਇਕ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ SHO ਸਿਟੀ ਨੂੰ ਦੋ ਟੁੱਕ ਕਿਹਾ ਵੀ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਇਹ ਸਾਰੇ ਦੇ ਸਾਰੇ ਸ਼ਿਕਾਇਤਾਂ ਦੂਰ ਹੋਣੀਆਂ ਚਾਹੀਦੀਆਂ ਹਨ। ਸ਼ਹਿਰ ਵਿੱਚ ਜੋ ਅਸਮਾਜਿਕ ਤੱਤਵ ਫਿਰ ਰਹੇ ਹਨ, ਉਹਨਾਂ 'ਤੇ ਨਕੇਲ ਕੱਸੀ ਜਾਣੀ ਚਾਹੀਦੀ ਹੈ। ਉਹ ਚਾਹੇ ਕਿਸੇ ਵੀ ਪਾਰਟੀ, ਕਿਸੇ ਵੀ ਰਾਜਨੇਤਾ ਨਾਲ ਬਿਲੋਂਗ ਕਰਦਾ ਹੋਵੇ, ਉਸ ਦੀ ਸਿਫਾਰਿਸ਼ ਨਹੀਂ ਕੀਤੀ ਜਾਏਗੀ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕਲੀਨ ਬਣਾਇਆ ਜਾਏਗਾ। ਇਸ ਮੌਕੇ ਵਿਧਾਇਕ ਵੱਲੋਂ ਵਾਰਡ ਇੰਚਾਰਜਾਂ ਨੇ ਜੋ ਮੁਸ਼ਕਲਾਂ ਦੱਸੀਆਂ, ਜਿਵੇਂ ਕਿਤੇ ਕਿਸੇ ਵਾਰਡ ਵਿੱਚ ਸੀਵਰੇਜ ਦੀ ਮੁਸ਼ਕਲ ਹੈ, ਕਿਸੇ ਵਾਰਡ ਵਿੱਚ ਨਾਲੀ ਦੀ ਮੁਸ਼ਕਲ ਹੈ, ਕਿਸੇ ਵਾਰਡ ਵਿੱਚ ਲਾਈਟ ਦੀ ਮੁਸ਼ਕਲ ਹੈ, ਉਹ ਵੀ ਸੁਣੀ ਅਤੇ ਇਸ ਮੌਕੇ ਵਾਰਡ ਇੰਚਾਰਜਾਂ ਵੱਲੋਂ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਪਿੱਠ ਥਪਥਪਾਉਂਦੇ ਹੋਏ ਕਿਹਾ ਕਿ ਕਰਮਚਾਰੀ ਅੱਛਾ ਕੰਮ ਕਰ ਰਹੇ ਹਨ, ਵਧੀਆ ਕੰਮ ਕਰ ਰਹੇ ਹਨ, ਫੋਨ ਕਰਨ 'ਤੇ ਤੁਰੰਤ ਮੁਸ਼ਕਲ ਹੱਲ ਹੋ ਜਾਂਦੀਆਂ ਹਨ ਅਤੇ ਇਸ ਮੌਕੇ ਤਾੜੀਆਂ ਮਾਰ ਕੇ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ। ਇਸ ਮੌਕੇ ਵਾਰਡ ਇੰਚਾਰਜਾਂ ਨੇ ਕਿਹਾ ਕਿ ਵਾਰਡਾਂ ਵਿੱਚ ਆ ਰਹੀਆਂ ਕੁਝ ਦਿੱਕਤਾਂ ਜੋ ਕਿ ਵਿਧਾਇਕ ਨੇ ਸੰਬੰਧਿਤ ਅਧਿਕਾਰੀ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਨੋਟ ਕਰਾਈਆਂ ਅਤੇ ਇਹਨੂੰ ਹੱਲ ਕਰਨ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਵਿਧਾਇਕ ਨੇ ਵਾਰਡ ਇੰਚਾਰਜਾਂ ਦੇ ਕਹਿਣ 'ਤੇ ਮਹੀਨਾਵਾਰੀ ਵਾਰਡ ਇੰਚਾਰਜਾਂ ਨਾਲ ਇੱਕ ਮੀਟਿੰਗ ਕਰਨ ਦਾ ਨਿਰਣਾ ਲਿਆ, ਜਿੱਥੇ ਸਮੂਹ ਅਧਿਕਾਰੀ ਵੀ ਮੌਜੂਦ ਹੋਣਗੇ। ਇੱਥੇ ਬੋਲਦੇ ਹੋਏ ਵਿਧਾਇਕ ਨੇ ਹੋਰ ਕੀ ਕੁਝ ਕਿਹਾ ਅਤੇ ਆਉਣ ਵਾਲੀ ਪਲਾਨਿੰਗ ਕੀ ਹੈ, ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੇ। ਠੀਕ ਹੈ ਸਰ, ਕਰ ਰਹੇ ਹਾਂ ਆਪਾਂ ਐਸਟੀਮੇਟ ਡੈਥ। ਚਲੋ ਮੈਨੂੰ ਮੈਸੇਜ ਨਹੀਂ ਲੱਗਿਆ, ਪਰ ਪਤਾ ਲੱਗਦਾ ਸੀ ਤੁਸੀਂ ਕਿਸੇ ਕਹਿੰਦਾ। ਚਲੋ ਬਹੁਤ ਵਧੀਆ ਕੰਮ ਹੋਣਾ ਚਾਹੀਦਾ। ਅਸੀਂ ਬੈਠੇ ਸੀ ADC ਸਾਹਿਬ ਦੇ ਦਫ਼ਤਰ। ਠੀਕ, ਤਿੰਨ ਚਾਰ ਕੰਮ ਸੀਗੇ, ਮੈਂ ਕਿਹਾ ਹੁਣੇ ਚੱਲੋ, ਹੁਣੇ ਅਸੀਂ ਚਲੇ ਗਏ। ਉੱਠ ਕੇ ADC ਸਾਹਿਬ ਦੇ ਦਫ਼ਤਰ, ADC ਸਾਹਿਬ, DO ਸਾਹਿਬ ਵੀ ਮੈਂ ਐਮਰਜੈਂਸੀ ਗਏ ਸੀ। ਸਾਈਡ ਤੇ ਵੇਸਟ ਪਾਈਪ ਪਾਈ ਜਾਵੇ ਪਾਣੀ ਵਾਲੀ ਤੇ ਲੋਕਿੰਗ ਟਾਇਲ ਲਾਈ ਜਾਵੇ ਜੀ। ਕਾਲਾ ਟਾਈਲ ਰੋਡ ਤੋਂ ਡਿੱਗੇ ਵਾਲਾ ਜਿਹੜਾ ਗੇਟ ਹੈਗਾ ਆਪਣਾ, ਸੈਕਟ ਆਰ ਸਕੂਲ ਦੇ ਅੱਗੇ ਇੱਥੇ ਤੱਕ ਜੀ। ਬੋਰਡਰ ਰੋਡ ਵੀ ਕਹਿ ਦਿੰਦੇ, ਬੋਰਡਰ ਰੋਡ ਵੀ ਕਹਿ ਦਿੰਦੇ ਨਾ। ਨਹੀਂ ਬੋਰਡਰ ਰੋਡ ਨਹੀਂ ਜੀ, ਬੋਰਡਰ ਰੋਡ ਤੋਂ ਸੈਕਟ ਆਰ ਸਕੂਲ ਹੈ ਜੀ। ਸੈਕਟ ਆਰ ਸਕੂਲ ਤੱਕ ਤੁਹਾਡੇ ਘਰ ਵਾਲੀ? ਹਾਂਜੀ ਹਾਂਜੀ ਸਰ। ਰੋਡ ਤੇ ਤਿੰਨ ਚਾਰ ਧੱਕਣ ਹੈਗੇ ਨੇ ਸੀਵਰੇਜ ਦੇ, ਤਕਰੀਬਨ 1.5-2 ਫੁੱਟ ਨੀਵੇ ਹੈਗੇ ਜੀ। ਤੇ ਜਦੋਂ ਵੀ ਕੋਈ ਦਿੱਕਤ ਸਫਾਈ ਨੀ ਆਉਂਦੀ, ਪਹਿਲਾਂ ਲੱਭਦੇ ਨੀ ਜੀ। ਮੇਰੇ ਸਾਹਮਣੇ ਇੱਕ ਧੱਕਣ ਹੈਗਾ ਜੀ, ਨਾਲ ਉਹਨੂੰ 3 ਦਿਨ ਲੱਗ ਗਏ ਜੀ ਲੱਭਣ ਦੇ ਲੋਟਰ ਵਾਸਤੇ। ਇਹ ਤੇ MLA ਸਾਹਿਬ ਜ਼ਰੂਰੀ ਜਿਹੜੀ ਗੱਲ ਹੈਗੀ ਹੈ, ਸਾਡੇ ਕਲੋਨੀ ਦੇ ਵਿੱਚ ਇੱਕ ਪ੍ਰੋਮਨ ਟ੍ਰਸਟ ਦੀ ਕਲੋਨੀ ਹੈਗੀ,
ਉਹਦਾ ਅੱਜ ਤੱਕ ਕੋਈ ਨੀ ਕੰਮ ਹੋਇਆ ਜੀ। ਕਲੋਨੀ ਏਡੀ ਵਧੀਆ ਬਣੀ ਹੈ ਫਾਜ਼ਿਲਕਾ ਦੇ ਵਿੱਚ, ਉਹਦੇ ਨਾਲ ਦੀ ਕਲੋਨੀ ਨਹੀਂ ਬਣੀ। ਜਦੋਂ ਇੰਪਰੂਵਮੈਂਟ ਟਰੱਸਟ ਕੋਲ ਜਾਂਦੇ ਹਾਂ, ਉਹ ਕਹਿੰਦਾ ਵੀ ਅਸੀਂ ਕਲੋਨੀ ਤਿਆਰ ਕਰਕੇ ਹੈਂਡਓਵਰ ਕਰਤੀ, ਹੁਣ ਬਿਜਲੀ ਦਾ ਕੰਮ ਬਿਜਲੀ ਵਾਲਿਆਂ ਨੇ ਕਰਨਾ ਹੈ, ਸੀਵਰੇਜ ਦਾ ਕੰਮ ਸੀਵਰੇਜ ਵਾਲਿਆਂ ਨੇ ਕਰਨਾ ਹੈ। ਉਹ ਹਾਲੇ ਤੱਕ ਕੋਈ ਸਾਨੂੰ ਸਮਝ ਨਹੀਂ ਲੱਗੇਗੀ, 3 ਸਾਲ ਹੋ ਗਏ ਜੀ। ਐਮਐਲ ਸਾਹਿਬ ਕੀ ਕਹੋਗੇ, ਕਿਸ ਤਰ੍ਹਾਂ ਦੀ ਮੀਟਿੰਗ ਰੱਖੀ ਗਈ ਸੀ ਜੀ? ਅੱਜ ਫਾਜ਼ਿਲਕਾ ਦੇ ਕਈ ਸਮੱਸਿਆਵਾਂ ਨੇ, ਕਈ ਮੁੱਦੇ ਨੇ, ਕਈ ਕੰਮ ਹੋਣ ਵਾਲੇ ਨੇ। ਜਿਹੜੇ ਸਾਡੇ ਵਾਰਡਾਂ ਦੇ ਇੰਚਾਰਜ ਨੇ ਜਾਂ ਆਮ ਲੋਕ ਨੇ ਜਾਂ MC ਸਾਹਿਬਾਨ ਨੇ, ਆਗੂ ਸਾਹਿਬਾਨ ਨੇ, ਫਾਜ਼ਿਲਕਾ ਦੇ ਸ਼ਹਿਰ ਵਾਸੀ ਨੇ, ਉਹ ਅੱਜ ਮੀਟਿੰਗ ਜਿਹੜੀ ਬੁਲਾਈ ਗਈ ਸੀ, ਜਿਹਦੇ ਵਿੱਚ ਜੋ ਲੋਕਾਂ ਨੂੰ ਸਮੱਸਿਆ ਆ ਰਹੀਆਂ ਨੇ, ਸਮੱਸਿਆਵਾਂ ਦੇ ਵਿੱਚ ਜੋ ਨਗਰ ਕੌਂਸਲ ਦੇ ਦਫ਼ਤਰ ਦੇ ਨਾਲ ਰਿਲੇਟਡ ਨੇ ਜਾਂ ਕੋਈ ਪੁਲਿਸ ਡਿਪਾਰਟਮੈਂਟ ਦੇ ਨਾਲ ਰਿਲੇਟਡ ਨੇ ਜਾਂ ਕੋਈ ਹੋਰ ਸਮੱਸਿਆਵਾਂ ਨੇ, ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦੇ ਰਿਗਾਰਡਿੰਗ ਸਮੱਸਿਆਵਾਂ ਦੇ ਹੱਲ ਲਈ ਜੋ ਕੰਮ ਹੋਣ ਵਾਲੇ ਨੇ ਸ਼ਹਿਰ ਦੇ ਵਿੱਚ, ਉਹ ਸਾਰੀ ਅੱਜ ਮੀਟਿੰਗ ਰੱਖੀ ਗਈ ਸੀ। ਔਰ ਸਾਰੇ ਵਾਰਡਾਂ ਦੇ ਵੱਖ ਵੱਖ ਹਰ ਇੱਕ ਵਾਰਡ ਦੇ ਉਹਨਾਂ ਜਿਹੜੇ ਵੀ ਵਾਰਡ ਦੇ ਲੋਕ ਆਏ ਸੀ, ਆਗੂ ਸਾਹਿਬਾਨ ਆਏ ਸੀ ਜਾਂ ਕੋਈ ਵੀ MC ਸਾਹਿਬਾਨ ਆਏ ਸੀ, ਉਹਨਾਂ ਸਾਰਿਆਂ ਦੀ ਜਿਹੜੀਆਂ ਮੁਸ਼ਕਲਾਂ ਸੁਣੀਆਂ ਗਈਆਂ, ਮੌਕੇ ਤੇ ਹੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਕਿ ਉਹਨਾਂ ਨੂੰ ਹੱਲ ਕੀਤਾ ਜਾਵੇ। ਔਰ ਜੋ ਸ਼ਹਿਰ ਦੇ ਵਿੱਚ ਜਿੰਨੇ ਕੰਮ ਪਿੱਛੇ ਹੋਏ ਨੇ ਜਾਂ ਚੱਲ ਰਹੇ ਨੇ, ਉਹ ਹਰ ਵਾਰਡ ਦੇ ਵਿੱਚ ਜਾ ਕੇ, ਕਿਉਂਕਿ ਕਰੋੜਾਂ ਦੀ ਲਾਗਤ ਦੇ ਨਾਲ ਅਸੀਂ ਵਿਕਾਸ ਦੇ ਕੰਮ ਪਿਛਲੇ ਕੁਝ ਸਮੇਂ ਦੇ ਵਿੱਚ ਕਰਾਏ ਨੇ, ਕੁਝ ਕੰਪਲੀਟ ਹੋ ਗਏ ਨੇ, ਕੁਝ ਚੱਲ ਰਹੇ ਨੇ, ਔਰ ਉਹਨਾਂ ਸਾਰਿਆਂ ਜਿਹੜੇ ਕੰਮ ਕੰਪਲੀਟ ਹੋ ਗਏ ਨੇ, ਅਸੀਂ ਵਾਰਡਾਂ ਦੇ ਵਿੱਚ ਜਾਵਾਂਗੇ, ਲੋਕਾਂ ਨੂੰ ਮਿਲਾਂਗੇ, ਔਰ ਜਿਹੜੇ ਕੰਮ ਪੂਰੇ ਹੋ ਚੁੱਕੇ ਨੇ ਉਹਨਾਂ ਦੇ ਜਿਹੜੇ ਸਾਰੇ ਅਸੀਂ ਸਾਡੀ ਟੀਮ ਸਾਡੇ ਵਰਕਰ ਸਾਹਿਬਾਨ ਸਾਡੇ ਨਾਲ ਸਾਡੇ ਅਧਿਕਾਰੀ ਸਾਹਿਬਾਨ ਉਹਨਾਂ ਦਾ ਉਦਘਾਟਨ ਕਰਾਂਗੇ, ਔਰ ਜਿਹੜੇ ਕੰਮ ਚੱਲ ਰਹੇ ਨੇ ਉਹਨਾਂ ਦਾ ਜਾਇਜ਼ਾ ਲਵਾਂਗੇ, ਔਰ ਲੋਕਾਂ ਨੂੰ ਮਿਲ ਕੇ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਆ ਰਹੀ ਹੈ ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਦੀ ਮੁਸ਼ਕਿਲ ਸੁਣਾਂਗੇ, ਔਰ ਮੌਕੇ ਤੇ ਉੱਥੇ ਅਧਿਕਾਰੀ ਨਾਲ ਹੋਣਗੇ ਉਹਨਾਂ ਦਾ ਹੱਲ ਕਰਾਂਗੇ। ਤਾਂ ਕਹਿਣ ਦਾ ਮਤਲਬ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ, ਕੋਈ ਲੋਕਾਂ ਨੂੰ ਸਮੱਸਿਆਵਾਂ ਨਾ ਆਉਣ, ਉਹਨਾਂ ਦੇ ਹੱਲ ਲਈ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ। ਐਮਐਲ ਸਾਹਿਬ ਕੀ ਕੀ ਮੁੱਦੇ ਸੀਗੇ ਜਿਹੜੇ ਅੱਜ ਰੱਖੇ ਗਏ, ਜਨਤਾ ਜਿਹੜੇ MC ਸਾਹਿਬਾਨ ਸੀ ਉਹਨਾਂ ਵੱਲੋਂ ਰੱਖੇ? ਅੱਜ ਜੋ ਲੋਕ ਸਾਨੂੰ ਇੱਥੇ ਮਿਲੇ ਨੇ, ਬਹੁਤ ਸਾਰੇ ਮੁੱਦੇ, ਜਿੱਦਾਂ ਕਿ ਜ਼ਿਆਦਾ ਤਾਂ ਕੋਈ ਸੀਵਰੇਜ ਦੀ ਕੋਈ ਸਫਾਈ ਹੈ, ਪਾਈਪਲਾਈਨ ਦੀ ਕੋਈ ਵੈਸੇ ਸਾਫ਼ ਸਫਾਈ ਹੈ, ਜਾਂ ਕੋਈ ਸਟਰੀਟ ਲਾਈਟ ਦਾ ਮਸਲਾ ਹੈ, ਜਾਂ ਕੋਈ ਸੜਕ ਦਾ ਮਸਲਾ ਹੈ, ਇਹੋ ਜਿਹੇ ਮੁੱਦੇ ਜਿਹੜੇ ਆਏ ਨੇ, ਔਰ ਮੌਕੇ ਤੇ ਹੀ ਅਧਿਕਾਰੀ ਜਿਹੜੇ ਸਾਡੇ ਇੱਥੇ ਮੌਜੂਦ ਸੀ ਉਹਨਾਂ ਦੀ ਡਿਊਟੀ ਲਗਾਈ ਗਈ ਹੈ, ਜੋ ਵੀ ਸਮੱਸਿਆਵਾਂ ਨੇ ਜਲਦ ਤੋਂ ਜਲਦ ਇਹਨਾਂ ਦਾ ਹੱਲ ਕੀਤਾ ਜਾ ਸਕੇ। ਐਮ ਐਲ ਸਾਹਿਬ ਅਫਸਰ ਵੀ ਬੁਲਾਏ ਗਏ ਸੀ ਨਗਰ ਕੌਸ਼ਲ ਦੇ, DSP ਸਾਹਿਬ ਸੀ, SHO ਸਿਟੀ ਸੀਗੇ, ਉਹ ਨਸ਼ੇ ਦਾ ਮੁੱਦਾ ਵੀ ਸਾਹਮਣੇ ਆਇਆ ਸੀਗਾ, ਕੋਈ ਸੱਟੇਬਾਜ਼ੀ ਦਾ ਮੁੱਦਾ ਵੀ ਆਇਆ, ਦਿੱਤੀਆਂ ਗਈਆਂ। ਇਹ ਮੀਟਿੰਗ ਤਾਂ ਹੀ ਬੁਲਾਈ ਗਈ ਸੀ ਕਿ ਮੇਰੇ ਸਾਹਮਣੇ ਅਧਿਕਾਰੀ ਸਾਹਿਬਾਨ ਬੈਠੇ ਹੋਣ, DSP ਸਾਹਿਬ ਸਾਡੇ ਆਏ ਸੀ, SHO ਸਿਟੀ ਆਏ ਸੀਗੀ, ਉਹਨਾਂ ਨੂੰ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ, ਜੋ ਵੀ ਸ਼ਿਕਾਇਤਾਂ ਨੇ, ਚਾਹੇ ਕੋਈ ਨਸ਼ੇ ਦੇ ਰਿਲੇਟਿਡ ਹੈ, ਚਾਹੇ ਕੋਈ ਹੋਰ ਗਲਤ ਅਨਸਰ ਨੇ ਉਹਨਾਂ ਦੇ ਰਿਲੇਟਿਡ ਹੈ, ਲੋਕਾਂ ਨੇ ਸ਼ਿਕਾਇਤਾਂ ਦੱਸੀਆਂ, ਤਾਂ ਉਹ ਨਾਲ ਦੀ ਨਾਲ ਹੀ DSP ਸਾਹਿਬ ਸਾਡੇ, SHO ਸਿਟੀ ਦੇ, ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ। ਜੋ ਵੀ ਲੋਕਾਂ ਨੇ ਕੋਈ ਆਪਦੀਆਂ ਪਰੇਸ਼ਾਨੀਆਂ ਦੱਸੀਆਂ ਨੇ, ਕੋਈ ਤੰਗੀਆਂ ਆ ਰਹੀਆਂ ਨੇ, ਉਹਨਾਂ ਪਰੇਸ਼ਾਨੀਆਂ ਦਾ ਹੱਲ ਕੀਤਾ ਜਾਵੇ। ਜੋ ਕੋਈ ਨਸ਼ੇ ਦਾ ਕੋਈ ਛੋਟੇ ਮੋਟੇ ਜਿਹੜੇ ਮੁਹੱਲਿਆਂ ਦੇ ਵਿੱਚ
ਜਿਹੜਾ ਦੱਸਿਆ ਲੋਕਾਂ ਨੇ, ਉਹ ਨਸ਼ੇ ਦਾ ਵਪਾਰ ਕਰਦੇ ਨੇ। ਪਹਿਲਾਂ ਪੁਲਿਸ ਨੇ ਬਹੁਤ ਵੱਡੀਆਂ ਵੱਡੀਆਂ ਕਾਰਵਾਈਆਂ ਕੀਤੀਆਂ, ਜੇ ਕੋਈ ਹੋਰ ਵੀ ਰਹਿ ਗਏ ਨੇ ਤਾਂ ਲੋਕਾਂ ਨੇ ਜਿਵੇਂ ਦੱਸਿਆ ਤਾਂ ਉਹਨਾਂ ਤੇ ਵੀ ਬੜੀਆਂ ਜਲਦ ਕਾਰਵਾਈਆਂ ਹੋਣਗੀਆਂ। ਕੋਈ ਵੀ ਨਹੀਂ ਬਖਸ਼ਿਆ ਜਾਊਗਾ, ਕੋਈ ਗਲਤ ਕੰਮ ਹੋਰ ਕਰਦਾ, ਕੋਈ ਗਲਤ ਅਨਸਰ ਹੈ, ਜਿਨ੍ਹਾਂ ਬਾਰੇ ਵੀ ਅੱਜ ਸਾਨੂੰ ਲੋਕਾਂ ਨੇ, ਸਾਡੇ ਆਗੂਆਂ ਨੇ, ਐਮ ਸੀ ਸਾਹਿਬਾਨਾਂ ਨੇ ਦੱਸਿਆ, ਪੁਲਿਸ ਡਿਪਾਰਟਮੈਂਟ ਦੀ DSP ਸਾਹਿਬ ਔਰ SHO ਸਾਹਿਬ ਦੀ ਡਿਊਟੀ ਲਗਾ ਦਿੱਤੀ ਗਈ ਹੈ। ਜਲਦ ਤੋਂ ਜਲਦ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਿਆ। ਹੋਰ ਕੀ ਕੀ ਮੁੱਦੇ ਰੱਖੇ ਗਏ ਸੀਗੇ ਜੀ ਮਹਿਕਮਾ? ਦੇਖੋ, ਹੋਰ ਮੁੱਦੇ ਮੇਨ ਤਾਂ ਸ਼ਹਿਰ ਦੇ ਜਿਹੜੇ ਸਾਡੇ ਕੋਈ ਕੰਮਕਾਰ ਹੋਣ ਵਾਲੇ ਨੇ ਸ਼ਹਿਰ ਦੇ, ਜਾਂ ਕੋਈ ਕਿਸੇ ਨੂੰ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ, ਉਹ ਸਾਰੀ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਿਲਾਂ ਦੱਸੀਆਂ ਗਈਆਂ। ਐਮ ਐਲ ਸਾਹਿਬ, ਸ਼ਹਿਰ ਦੀ ਜਨਤਾ ਕਹਿੰਦੀ ਹੈ ਵੀ ਕੰਮ ਨਹੀਂ ਹੋਇਆ ਸ਼ਹਿਰ ਦੇ ਵਿੱਚ, ਤਕਰੀਬਨ ਕਾਫੀ ਕੰਮ ਕਹਿੰਦੇ ਹੋ ਚੁੱਕਿਆ ਹੈ, ਜਿਵੇਂ ਅੱਜ ਤੁਸੀਂ ਫਾਈਲ ਪੂਰੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ, ਤੇ ਕੀ ਜਲਦ ਤੋਂ ਜਲਦ ਦਿਖਾਇਆ ਜਾਏਗਾ ਕੰਮ ਕੀ ਕੀ ਕਰਾਇਆ ਜਾਏਗਾ? ਦੇਖੋ, ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ ਇੱਕ ਚੀਜ਼, ਕੋਈ ਕੰਮ ਹੋਇਆ ਤਾਂ ਉਹਨੂੰ ਵਿਖਾਓ। ਅੱਜ ਰੋਲਾ ਪਾਉਣਾ ਪੈਂਦਾ ਕੰਮ ਕਰਕੇ, ਤੇ ਉਹ ਜਿਹੜਾ ਕੰਮ ਹੈ ਹੁਣ ਅਸੀਂ ਲੋਕਾਂ ਨੂੰ ਜਿਹੜਾ ਹੋਇਆ ਲੋਕਾਂ ਦੇ ਵਿੱਚ ਜਾਵਾਂਗੇ, ਲੋਕਾਂ ਨੂੰ ਵੀ ਪਤਾ ਕੰਮ ਹੋਇਆ, ਲੋਕ ਨਹੀਂ ਕਹਿੰਦੇ ਕੰਮ ਨਹੀਂ ਹੋਇਆ, ਇਹ ਅਪੋਜੀਸ਼ਨ ਦੇ ਜਿਹੜੀ ਅਪੋਜੀਸ਼ਨ ਪਾਰਟੀਆਂ ਨੇ, ਵਿਰੋਧੀ ਧਿਰਾਂ ਨੇ, ਉਹ ਕਹਿੰਦੇ ਨੇ ਕੰਮ ਨਹੀਂ ਹੋਇਆ। ਲੋਕਾਂ ਨੂੰ ਪਤਾ ਜਿਨ੍ਹਾਂ ਦੀ ਹੁਣ ਸੜਕਾਂ ਬਣੀਆਂ ਨੇ, 10-10 ਲੱਖ ਰੁਪਇਆ, 15-15 ਲੱਖ ਰੁਪਇਆ ਲਾ ਕੇ ਅਸੀਂ ਵਾਰਡਾਂ ਦੇ ਵਿੱਚ 20-20 ਲੱਖ ਰੁਪਇਆ ਲਾ ਕੇ ਜਿਹੜੀਆਂ ਸੜਕਾਂ ਟੁੱਟੀਆਂ ਸੀ ਉਹ ਸੜਕਾਂ ਬਣਾਈਆਂ ਨੇ, ਸੀਵਰੇਜ ਦੀ ਕਈ ਜਗ੍ਹਾ ਪ੍ਰੋਬਲਮ ਸੀ, ਲੱਖਾਂ ਰੁਪਏ ਲਾ ਕੇ ਉਹ ਪ੍ਰੋਬਲਮ ਹੱਲ ਕੀਤੀ ਹੈ, ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਬੰਦ ਸੀ ਜਿਹੜੀ ਗੰਗ ਕਨਾਲ ਤੋਂ ਆਉਂਦੀ ਹੈ, ਉਹ ਲੱਖਾਂ ਰੁਪਏ ਲਾ ਕੇ ਅਸੀਂ ਜਿਹਦੀ ਸਫਾਈ ਕਰਵਾਈ ਹੈ। ਤਾਂ ਦੇਖੋ, ਗੱਡੀਆਂ 18 ਸਾਫ਼ ਸਫਾਈ ਲਈ ਗੱਡੀਆਂ ਸ਼ਹਿਰ ਦੇ ਵਿੱਚ ਲੈ ਕੇ ਆਏ ਹਾਂ, ਉਹ ਚੱਲ ਰਹੀਆਂ ਨੇ, ਜਿਹੜੇ ਰਿਕਸ਼ਾ ਨੇ ਸਾਫ਼ ਸਫਾਈ ਵਾਲੇ ਉਹ ਚੱਲ ਰਹੇ ਨੇ ਸ਼ਹਿਰ ਦੀਆਂ। ਤੁਸੀਂ ਵੇਖੋ ਮੇਨ ਸੜਕਾਂ ਘੰਟਾ ਘਰ ਦੇ ਆਸ ਪਾਸ ਦੇਖ ਲਓ, ਤੁਸੀਂ ਰਾਜਾ ਸਿਨੇਮਾ ਵਾਲੀ ਰੋਡ ਦੇਖ ਲਓ, ਜਾਂ ਤੁਸੀਂ ਸ਼ਾਸਤਰੀ ਚੌਂਕ ਵਾਲੀ ਰੋਡ ਦੇਖ ਲਓ, ਸਲੇਮ ਸ਼ਾਹ ਬਾਜ਼ਾਰ ਵਾਲੀ ਰੋਡ ਦੇਖ ਲਓ, ਮੇਨ ਸੜਕਾਂ ਜਿਹੜੀਆਂ ਟੁੱਟੀਆਂ ਸੀ ਸਾਰੀਆਂ ਬਣਾਈਆਂ, ਲੋਕਾਂ ਨੂੰ ਪਤਾ ਬਣੀਆਂ ਨੇ, ਪਰ ਵਿਰੋਧੀ ਧਿਰਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦਾ ਕੰਮ ਹੁੰਦਾ ਹੈ ਨੁਕਸ ਕੱਢਣਾ, ਸਰਕਾਰ ਨੂੰ ਕੋਸਣਾ, ਉਹ ਆਪਦਾ ਕੰਮ ਕਰ ਰਹੇ ਨੇ, ਤੇ ਅਸੀਂ ਜਿਹੜਾ ਡਿਵੈਲਪਮੈਂਟ ਦਾ ਸਰਕਾਰ ਹੈ ਅਸੀਂ ਆਪਦਾ ਕੰਮ ਕਰ ਰਹੇ ਹਾਂ। ਹੁਣ ਜਿਹੜੀ ਸਮੱਸਿਆ ਇੱਕ ਹੋਰ ਆਈ ਸੀਗੀ, ਕਾਲਜ ਰੋਡ ਵਾਲੀ ਜਿਹੜਾ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਵਾਲੀ ਰੋਡ ਹੈ, ਉਹਦਾ ਵੀ ਵੇਖੋ ਅਸੀਂ ਟੈਂਡਰ ਲਗਾਤਾ, ਬੜਾ ਜਲਦੀ ਉਹਦਾ ਵੀ ਕੰਮ ਅਸੀਂ ਕਰਾਵਾਂਗੇ। ਹੋਰ ਜਿਹੜੀਆਂ ਸ਼ਹਿਰ ਦੀਆਂ ਮੇਨ ਕਈ ਸੜਕਾਂ ਟੁੱਟੀਆਂ ਨੇ ਉਹਦਾ ਵੀ ਟੈਂਡਰ ਲਗਾ ਦਿੱਤਾ ਗਿਆ, ਵੱਖ ਵੱਖ ਸੜਕਾਂ ਦਾ ਵੀ ਕੰਮ ਅਸੀਂ ਕਰਨੇ ਨੇ ਆਉਣ ਵਾਲੇ ਮਹੀਨੇ ਦੋ ਦੇ ਵਿੱਚ ਵਿੱਚ। ਆਪ ਜਿਹੜਾ ਬਾਰਿਸ਼ ਦਾ ਮੌਸਮ ਹੋਣਾ ਹੈਗਾ ਇਹ ਥੋੜਾ ਚਲਾ ਜਾਂਦਾ, ਉਹ ਵੀ ਅਸੀਂ ਸੜਕਾਂ ਬਣਾਵਾਂਗੇ। ਮਸਲੇ ਬਹੁਤ ਦੱਸੇ ਗਏ ਜਨਤਾ ਵੱਲੋਂ, ਜਿਹੜੇ ਤੁਹਾਡੇ ਵਰਕਰ ਸੀਗੇ, ਕਾਫੀ ਮਸਲੇ ਸੀਗੇ, ਤੇ ਉਹ ਕਿੰਨੇ ਦਿਨਾਂ 'ਚ ਹੱਲ ਕੀਤੇ ਜਾਂ ਕੋਈ ਤੁਹਾਡੇ ਵੱਲੋਂ ਚੈਕਿੰਗ ਕੀਤੀ? ਦੇਖੋ, ਅੱਜ ਜਿਹੜੇ ਸਾਡੇ DSP ਸਾਹਿਬ ਵੀ ਨਵੇਂ ਆਏ ਸੀ, ਸਾਡੇ SHO ਸਾਹਿਬ ਸਿਟੀ ਨਵੇਂ ਆਏ ਸੀ, ਸਾਡੇ ਨਗਰ ਕੌਂਸਲ ਦੇ EO ਸਾਹਿਬ ਨਵੇਂ ਆਏ ਸੀ, ਸਾਰੇ ਜਿੰਨੇ ਵੀ ਸਾਡੇ ਆਗੂ ਸਾਹਿਬਾਨ ਨੇ, MC ਸਾਹਿਬਾਨ ਨੇ, ਜਾਂ ਕੋਈ ਵੀ ਆਮ ਫਾਜ਼ਿਲਕਾ ਦਾ ਸ਼ਹਿਰ ਨਿਵਾਸੀ ਆਇਆ, ਉਹਨਾਂ ਸਾਰਿਆਂ ਨੂੰ ਰੂਬਰੂ ਕਰਾ ਦਿੱਤਾ ਗਿਆ, ਸਾਡੇ ਤੱਕ ਆਉਣ ਦੀ ਲੋੜ ਹੀ ਨਾ ਪਵੇ। ਚਾਹੇ ਕੋਈ ਆਮ ਬੰਦਾ ਹੈ, ਕੋਈ ਵੀ ਹੈ, ਦਫ਼ਤਰ ਦੇ ਵਿੱਚ ਜਾਂਦਾ ਹੈ, ਉਹਦਾ ਪੂਰਾ ਮਾਣ ਇੱਜ਼ਤ ਹੋਣਾ ਚਾਹੀਦਾ ਹੈ, ਉਹਨਾਂ ਨੂੰ ਚਾਹ ਪਾਣੀ ਉੱਥੇ ਪਿਆਉਣਾ ਚਾਹੀਦਾ ਹੈ, ਔਰ ਉਸ ਤੋਂ ਬਾਅਦ ਕੋਈ ਵੀ ਕੰਮ ਕਰਾਉਣ ਲਈ ਜਾਂਦਾ ਤਾਂ ਉਹਦਾ ਕੰਮ ਕਰਕੇ ਨਾਲ ਦੀ ਨਾਲ ਉਹਨੂੰ ਸੈਟੀਸਫਾਈ ਕਰਕੇ ਕੰਮ ਕਰਕੇ ਜਿਹੜਾ ਕਰ ਭੇਜਣਾ ਚਾਹੀਦਾ ਹੈ। ਤਾਂ ਸਖਤ ਹਦਾਇਤਾਂ ਕੀਤੀਆਂ ਨੇ, ਮੇਰੇ ਤੱਕ ਕੋਈ ਵੀ ਸ਼ਿਕਾਇਤ ਨਾ ਆਏ, ਜੇ ਸ਼ਿਕਾਇਤ ਆਊਗੀ ਇਹਦਾ ਮਤਲਬ ਫਿਰ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਇਹਨਾਂ ਦੇ ਵਿੱਚ ਕੋਈ ਕਮੀਆਂ ਨੇ, ਜੇ ਕਮੀਆਂ ਆਈਆਂ ਤਾਂ ਫਿਰ ਉਹਦਾ ਵੀ ਫਿਰ ਹੱਲ ਹੈ। ਕੋਈ ਗਿੱਲੇ ਸ਼ਿਕਵੇ ਵੀ ਸੀਗੇ? ਸਾਡਾ ਪਰਿਵਾਰ ਦੇ ਵਿੱਚ ਗਿੱਲੇ ਸ਼ਿਕਵੇ ਚੱਲਦੇ ਰਹਿੰਦੇ ਨੇ, ਔਰ ਉਹ ਪਰਿਵਾਰ ਹੀ ਕਹਿੰਦਾ ਜਿਹਦੇ ਗਿੱਲੇ ਸ਼ਿਕਵੇ ਨੀ, ਕੋਈ ਰੁੱਸੇ ਮਨਾਵੇ ਨੀ,
ਜੇ ਕੋਈ ਰੁਸਦਾ ਹੈ ਤਾਂ ਕਿਸੇ ਗੱਲ ਕਰਕੇ ਰੁਸਦਾ ਪਤਾ ਲੱਗਦਾ ਉਹਦੀ ਕੀ ਪਰੇਸ਼ਾਨੀ ਹੈ। ਤਾਂ ਇਹ ਜਿਹੜਾ ਪਰਿਵਾਰ ਹੈ ਇਹ ਸਾਡਾ ਆਮ ਆਦਮੀ ਪਾਰਟੀ ਦਾ ਪਰਿਵਾਰ ਹੈ, ਗਿਲੇ ਸ਼ਿਕਵੇ ਚੱਲਦੇ ਰਹਿੰਦੇ ਨੇ। ਤਾਂ ਗਿਲੇ ਸ਼ਿਕਵੇ ਵੇਖੋ, ਜੇ ਲੋਕਾਂ ਨੇ ਸਾਨੂੰ ਚੁਣਿਆ, ਸਾਡੇ ਵਰਕਰਾਂ ਨੇ ਚੁਣਿਆ, ਮਿਹਨਤ ਕੀਤੀ, ਤਾਂ ਗਿਲੇ ਸ਼ਿਕਵੇ ਵੀ ਸਾਡੇ ਨਾਲ ਆਉਣਗੇ। ਅਸੀਂ ਸਾਡੀ ਡਿਊਟੀ ਉਹਨਾਂ ਨੂੰ ਦੂਰ ਕਰਨਾ, ਤੁਸੀਂ ਕਰਨਾ। ਸਾਡੇ ਵੱਲੋਂ ਵੱਖ ਵੱਖ ਪਾਰਟੀਆਂ ਜੋ ਕਈ ਆਗੂ ਪਾਰਟੀ ਰਾਏ ਦਿੱਤੇ ਨੇ ਕਿ ਅੱਗੇ ਵੀ ਮੁਹਿੰਮ ਜਾਰੀ ਰਹੇਗੀ। ਬਹੁਤ ਸਾਰੇ ਜਿਹੜੇ ਚੰਗੇ ਅਕਸ ਵਾਲੇ ਆਗੂ ਦੂਜੀਆਂ ਪਾਰਟੀਆਂ ਦੇ ਆਮ ਆਦਮੀ ਪਾਰਟੀ ਦੇ ਕੰਮ ਦੇਖ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁੜਨਾ ਚਾਹੁੰਦੇ ਨੇ, ਬਹੁਤ ਸਾਰੇ ਸਾਡੇ ਕੰਟੈਕਟ ਦੇ ਵਿੱਚ ਨੇ, ਬੜਾ ਜਲਦੀ ਉਹਨਾਂ ਨੂੰ ਅਸੀਂ ਪਾਰਟੀ ਦੇ ਵਿੱਚ ਲਿਆਵਾਂਗੇ। ਔਰ ਜਿਹੜਾ ਆਮ ਆਦਮੀ ਪਾਰਟੀ ਦਾ ਮਿਸ਼ਨ ਹੈ ਚੰਗਾ ਸਮਾਜ ਬਣਾਉਣਾ, ਚੰਗਾ ਰੰਗਲਾ ਪੰਜਾਬ ਬਣਾਉਣਾ, ਤਾਂ ਉਹ ਮਿਸ਼ਨ ਜਿਹੜਾ ਪੂਰਾ ਕਰਾਂਗੇ। ਤੁਸੀਂ ਦੇਖੋ ਇੱਕ ਬਿਜਲੀ ਦਾ ਬਿੱਲ ਹੈ ਜਿਹੜਾ 600 ਯੂਨਿਟ ਬਿਜਲੀ ਮਾਫ਼ ਕੀਤੀ, ਇਸ ਤੋਂ ਲੋਕ ਬਹੁਤ ਖੁਸ਼ ਨੇ। ਜਿਹੜੇ ਸ਼ਹਿਰ ਦੇ ਲੋਕ ਨੇ ਜਿੱਥੇ ਵੀ ਅਸੀਂ ਜਾਂਦੇ ਹਾਂ, ਤਾਂ ਲੋਕਾਂ ਦੀ ਇੱਕੋ ਹੀ ਗੱਲ ਹੁੰਦੀ ਹੈ ਕਿ ਜਿਹੜਾ 600 ਯੂਨਿਟ ਬਿਜਲੀ ਦਾ ਬਿੱਲ ਮਾਫ਼ ਹੋਇਆ ਤਕਰੀਬਨ 5,000। ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਇੱਕ ਸੁਗਾਤ ਦਿੱਤੀ ਹੋਈ ਹੈ ਲੋਕਾਂ ਨੂੰ, ਇਸ ਤੋਂ ਬਹੁਤ ਖੁਸ਼ ਨੇ। ਤੇ ਆਮ ਆਦਮੀ ਪਾਰਟੀ ਦੇ ਨਾਲ ਨੇ ਜਿਹੜਾ ਪੰਜਾਬ ਦੇ ਵਿੱਚ ਜੋ ਸੂਬਾ ਪੱਧਰੀ ਇਲੈਕਸ਼ਨ ਹੁੰਦਾ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਲੋਕ ਨਾਲ। ਐਮਐਲਏ ਸਾਹਿਬ ਅੱਜ ਕਾਫੀ ਟੈਂਡਰ ਲਗਾਏ ਗਏ ਨੇ ਤੁਹਾਡੇ ਵੱਲੋਂ, ਅਸੀਂ ਵੇਖਿਆ ਇੱਥੇ ਲਾਈਵ, ਪੀਓ ਸਾਹਿਬ ਵੀ ਬੈਠੇ ਸੀ, ਕਾਫੀ ਬੈਠੇ ਸੀ ਅਫਸਰ, ਤਾਂ ਕੀ ਗਾਵਾਂ ਦੇ ਮੁੱਦੇ ਨੂੰ ਲੈ ਕੇ ਇਹਨਾਂ ਦੇ ਕੋਈ ਟੈਂਡਰ ਲਾਇਆ ਜਾਏਗਾ ਇਹਨਾਂ ਨੂੰ ਅੰਦਰ ਕਰਨ ਵਾਸਤੇ? ਦੇਖੋ ਉਹਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ, ਮੈਨੂੰ ਦੱਸਿਆ ਸਮੱਸਿਆ ਬਾਰੇ, ਪਿੱਛੇ ਵੀ ਇਹ ਜਿਹੜਾ ਇਸ਼ੂ ਚੱਲ ਰਿਹਾ ਹੈ ਇਹਦੇ ਵਿੱਚ ਮੈਂ ਈਓ ਸਾਹਿਬ ਦੀ ਡਿਊਟੀ ਲਗਾਈ ਹੈ ਵੀ ਜਿਹੜੀ ਆਪਣੀ ਗਊਸ਼ਾਲਾ ਫਾਜ਼ਿਲਕਾ ਵਾਲੀ ਉਹਨਾਂ ਨਾਲ ਕੰਟੈਕਟ ਕੀਤਾ ਜਾਵੇ, ਉਹਨਾਂ ਦੇ ਨਾਲ ਪਹਿਲਾਂ ਵੀ ਉਹ ਗਊਸ਼ਾਲਾ ਜਿਹੜੀ ਫਾਜ਼ਿਲਕਾ ਦੀ ਦੇਖ ਰੇਖ ਕਰ ਰਹੇ ਵਧੀਆ ਕਰ ਰਹੇ ਨੇ। ਅਸੀਂ ਦੇਖਿਆ ਉਹਦੇ ਵਿੱਚ ਕਾਫੀ ਉਹਨਾਂ ਨੇ ਜਿਹੜੇ ਪਸ਼ੂ ਨੇ ਉਹ ਗਊਸ਼ਾਲਾ ਦੇ ਵਿੱਚ ਲੈ ਕੇ ਗਏ ਨੇ ਗਾਵਾਂ ਨੂੰ, ਜਾਂ ਨੰਦੀ ਨੇ ਨੰਦੀਸ਼ਾਲਾ ਉੱਥੇ ਲੈ ਕੇ ਗਏ ਨੇ, ਤਾਂ ਉਹਨਾਂ ਨਾਲ ਕੰਟੈਕਟ ਕਰਕੇ ਜੇ ਹੋਰ ਵੀ ਜਗ੍ਹਾ ਉਹਨਾਂ ਰਿਕੁਐਸਟ ਕੀਤੀ ਜਾਊਗੀ, ਤੁਸੀਂ ਹੋਰ ਵੀ ਜਿਹੜੇ ਨੇ ਪਸ਼ੂ ਨੇ ਉੱਥੇ ਅੰਦਰ ਲੈ ਕੇ ਜਾਓ। ਜਿਹੜੀ ਸਾਡੀ ਸਰਕਾਰੀ ਗਊਸ਼ਾਲਾ ਹੈ ਉਹਦੇ ਤਕਰੀਬਨ 1200 ਦੇ ਕਰੀਬ ਉਹਦੇ ਵਿੱਚ ਜਿਹੜੇ ਪਸ਼ੂ ਨੇ ਅਸੀਂ ਸਰੇਮਸ਼ਾ ਦੇ ਵਿੱਚ ਰੱਖੇ ਹੋਏ ਨੇ, ਔਰ ਇੱਕ ਸਾਡੀ ਸਾਬੂਆਣਾ ਗਊਸ਼ਾਲਾ ਉੱਥੇ ਵਧੀਆ ਜਿਹੜਾ ਉੱਥੇ ਚੱਲ ਰਿਹਾ ਹੈ, ਉਹਨਾਂ ਦੀ ਜਿਹੜੀ ਡਿਮਾਂਡ ਸ਼ੈੱਡ ਦੀ ਉਹ ਪੂਰੀ ਕੀਤੀ ਗਈ ਹੈ। ਤਾਂ ਜੇ ਸਾਨੂੰ ਲੱਗਦਾ ਹੈ ਜੇ ਅਸੀਂ ਹੋਰ ਦੇਖ ਕੇ ਕਪੈਸਿਟੀ ਹੋਰ ਇਹਨਾਂ ਗਊਸ਼ਾਲਾ ਦੇ ਵਿੱਚ ਅਸੀਂ ਕਪੈਸਿਟੀ ਹੈ ਤਾਂ ਇਹਨਾਂ ਗਊਸ਼ਾਲਾ ਦੇ ਵਿੱਚ ਜਿਹੜੇ ਪਸ਼ੂ ਸ਼ਿਫਟ ਕੀਤੇ ਜਾਣਗੇ, ਜੇ ਨਹੀਂ ਹੈ ਤਾਂ ਕੋਈ ਹੋਰ ਅਸੀਂ ਹੱਲ ਦੇਖ ਰਹੇ ਹਾਂ ਕਿ ਨਵੀਂ ਹੋਰ ਜੇਕਰ ਗਊਸ਼ਾਲਾ ਜਿਵੇਂ ਜਿਹੜੀ ਸਾਡੀ ਸਰਕਾਰੀ ਹੈ ਉਹਨੂੰ ਵਧਾ ਦਿੱਤਾ ਜਾਵੇ, ਉਸ ਬਾਰੇ ਵੀ ਵਿਚਾਰ ਅਸੀਂ ਕਰ ਰਹੇ ਹਾਂ। ਗਊਸ਼ਾਲਾ ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।